तिहाड़ जेल ਦੀ ਜਦੋਂ ਗੱਲ ਚੱਲਦੀ ਹੈ ਜਿੱਥੇ ਤੁਸੀਂ ਵੀ ਰਹੇ ਹੋ ਉਹ ਕਦੇ ਕਹਿ ਦਿੱਤਾ ਜਾਂਦਾ ਹੈ ਕਿ ਉਹਦਾ ਰੋਲ ਕੇਂਦਰ ਨੇ ਦੇਖਣਾ ਹੈ ਕੇਂਦਰ ਨੇ ਸਾਰਾ ਕੁਝ ਚਲਾਇਆ ਕੋਈ ਕਹਿ ਦਿੰਦਾ ਹੈ ਕਿ ਕੇਜਰੀਵਾਲ ਦੇ ਕੋਲ ਵੀ ਇਖਤਿਆਰ ਨੇ ਤੁਸੀਂ ਕੀ ਸਮਝਦੇ ਹੋ ਕਿ ਕੀ ਇਹ ਗੱਲ ਦੁਚਿੱਤੀ ਵਿੱਚ ਕਿਉਂ ਪਾਏ ਜਾਂਦੇ ਆ ਲੋਕ ਜਦੋਂ ਇਸ ਸਿਆਸਤ ਹੁੰਦੀ ਹੈ ਕਿ ਤਿਹਾੜ ਜੇਲ ਤਾਂ ਕੇਂਦਰ ਦੀ ਆ ਤਿਹਾੜ ਜੇਲ ਤਾਂ अमित ਸ਼ਾਹ ਨੇ ਦੇਖਣੀ ਆ ਕੋਈ ਕਹਿੰਦਾ ਕਿ ਤਿਹਾੜ ਜੇਲ ਦੀ ਜ਼ਿੰਮੇਵਾਰੀ ਵੀ ਕੇਜਰੀਵਾਲ ਦੀ ਆ ਇਹ ਬਿਲਕੁਲ ਝੂਠਾ ਪ੍ਰਪੋਗੈਂਡਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਵੀ ਹੈ ਨਾ ਦਿੱਲੀ ਸਰਕਾਰ ਤੇ ਬਾਅਦ ਚ ਜਾਣਾ ਜਿਹੜੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਇਹ 2.5 ਲੱਖ ਰੁਪਿਆ ਹਰ ਕੈਂਟੀ ਐਡਵਰਟਾਈਜ਼ਮੈਂਟ ਤੇ ਵਰਤਦੀ ਹੈ ਅੱਜ ਵੀ ਮੈਂ ਦੇਖ ਰਿਹਾ ਸੀ ਅਜੀਤ ਅਖਬਾਰ 'ਚ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਜੇ ਤੁਸੀਂ ਕੋਈ ਚੰਗਾ ਕਰ ਰਹੇ ਹਾਂ ਅਸੀਂ ਮੈਂ ਵੀ ਟੈਕਸ ਦੇਣਾ ਸਾਡੇ ਟੈਕਸ ਪੇਅਰਸ ਦੇ ਮਨੀ ਤੁਸੀਂ ਐਡ ਆਉਣੇ ਤੁਸੀਂ ਕੋਈ ਸਾਡੇ ਤੇ احਸਾਨ ਕਰ ਰਹੇ ਹਾਂ ਆਸਾਨ ਕਰਕੇ ਸਾਨੂੰ ਦਰਸਾ ਰਹੇ ਆ ਲੋਕਾਂ ਕਿ ਅਸੀਂ ਆ ਵੀ ਕਰਤਾ ਆ ਵੀ ਕਰਤਾ ਤੁਹਾਡੇ ਐਮਐਲਐਸ ਦੇ ਮੋਰੈਲਟੀ ਦੇ ਇਸ਼ੂ ਉੱਠ ਰਹੇ ਨੇ ਮੋਰਲ ਇਸ਼ੂਸ ਉੱਠ ਰਹੇ ਨੇ ਤੁਹਾਡੇ ਮਨਿਸਟਰਸ ਨੂੰ ਤੁਸੀਂ ਆਪ ਕ੍ਰਪਸ਼ਨ ਚ ਫੜਿਆ ਇਹ ਠੀਕ ਆ ਕਿ ਤੁਸੀਂ ਜਦੋਂ ਪੰਜਾਬ ਚ ਕੋਈ ਮਿਆਰ ਉਠਾਉਨੇ ਆ ਉਹ ਡਿਫਰੈਂਟ ਆ ਪਰ ਜਦੋਂ ਇਹ ਮਿਆਰ ਸੀਬੀਆਈ ਤੁਹਾਡੇ ਮਨਿਸਟਰਸ ਤੇ ਦਿੱਲੀ ਚ ਠਾਉਂਦੀ ਆ ਉਦੋਂ ਤੁਸੀਂ ਕਹਿੰਦੇ ਆ ਕਿ ਗਲਤ ਆ ਇਨਾਂ ਨੂੰ ਸਗੋਂ ਭਾਰਤ ਰਤਨਾ ਮਿਲਣਾ ਚਾਹੀਦਾ ਮੇਰਾ ਖਿਆਲ ਹੈ ਸੋਚ ਲੈਣਾ ਚਾਹੀਦਾ ਅੰਨਾ ਹਜਾਰੇ ਦੀ ਜਿਹੜੀ ਸਟੇਟਮੈਂਟ ਆਜਾਈ ਉਹ ਪੜ ਲੈਣੀ ਚਾਹੀਦੀ ਭਵਨਤਮਨ ਨੂੰ ਅਰਵਿੰਦ ਕੇਜਰੀਆ ਨੂੰ ਪੜਲਣੀ ਚਾਹੀਦੀ ਜੋ ਇਹ ਕਹ ਰਹੇ ਨੇ ਕਿ ਦਿੱਲੀ ਤਿਹਾਰ ਜੇਲ ਦਾ ਮਸਲਾ ਦਿੱਲੀ ਤਿਹਾਰ ਜਿਲ ਅੰਡਰ ਦਾ ਲਾਅ ਇਸ ਅੰਡਰ ਦਾ ਡਾਇਰੈਕਟ ਕੰਟਰੋਲ ਆਫ ਦਿੱਲੀ ਗਵਰਨਮੈਂਟ ਅਰਵਿੰਦ ਕੇਜਰੀਆ ਇਹਦੇ ਮਿਨਿਸਟਰ ਸਿੰਦਰ ਜੈਨ ਦੇ ਕੰਟਰੋਲ ਥਲੇ ਸੀ ਜੋ ਕਿ ਆਪ ਹੁਣ ਖੁਦ ਉਸੇ ਜੇਲ੍ਹ ਚ ਬੰਦ ਆ ਉਸ ਜੇਲ੍ਹ ਵਿੱਚ ਪਹਿਲੇ ਵੀ ਸਕੈਂਡਲਸ ਹੋਏ ਨੇ ਚੰਦਰਾਸ਼ੇਕਰ ਰਾਓ ਇੱਕ ਮਨੀ ਸਵਿੰਗਰਰ ਜਿਹੜਾ ਕਰੋਪ ਸੀਗਾ ਉਹਨੇ ਉੱਥੇ ਬਹਿ ਕੇ ਬਹੁਤ ਵੱਡਾ ਇੱਕ ਸਵਿੰਡਲ ਰਚਾਇਆ ਜਿਹਦੇ ਰਾਈ ਉਹਨੇ 200 ਕਰੋੜ ਰੁਪਇਆ ਰੈਨ ਬੈਕਸੀ ਦੀ ਅਦਿੱਤੀ ਸਿੰਘ ਤੋਂ ਜਿਹਦਾ ਜਿਹਦਾ ਘਰ ਵਾਲਾ ਜੇਲ੍ਹ ਚਾ ਉਹਦੇ ਤੋਂ ਉਹਨੇ ਲਿਆ ਇਹ ਇਨਾਂ ਦੀ ਨਿਗਾਹ ਥੱਲੇ ਹੋਇਆ ਇਨਾਂ ਨੇ 6 ਮਹੀਨੇ ਅਰਵਿੰਦ ਕੇਜਰੀਵਾਲ ਦੀ ਗਵਰਨਮੈਂਟ ਨੇ ਉੱਥੇ ਰੇਡ ਨਹੀਂ ਹੋਣ ਦਿੱਤੀ ਜੇ ਹੁਣ ਲੌਰੈਂਸ ਬਸ਼ਨੋਈ ਦਾ ਨਾਂ ਆ ਰਿਹਾ ਤਾਂ ਇਹ ਵੀ ਕਿਹਾ ਜਾ ਰਿਹਾ ਜੋ ਇਨਾਂ ਨੇ ਕੱਲ ਚਾਰ ਸ਼ੀਟ ਫਾਈਲ ਕੀਤੀ ਆ ਕਿ ਇਹ ਦਿੱਲੀ ਦੀ ਤਿਹਾਰ ਜ਼ਿਲ੍ਹੇ ਵਿੱਚ ਬੈਠ ਕੇ ਕਾਂਸਪੀਰੇਸੀ ਰਚੀ ਗਈ ਮੈਂ ਕੋਈ ਮੂਸੇ ਵਾਲੇ ਨੂੰ ਅਡੋਰਸ ਨਹੀਂ ਕਰਦਾ ਉਹਨੇ ਵਾਇਲੈਂਸ ਦਾ ਕਲਚਰ ਵਰਤਿਆ ਅਲਟੀਮੇਟਲੀ ਹੀ ਪੇਡ ਫਾਰ ਇਟ ਨਹੀਂ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਪਰ ਕੀ ਦਿੱਲੀ ਜੇਲਾ ਦੇ ਵਿੱਚੋਂ ਬਹਿ ਕੇ ਤੁਸੀਂ ਪੰਜਾਬ ਦੀ ਨੌਜਵਾਨੀ ਤੇ ਅਟੈਕ ਹੋ ਸਕਦਾ ਇਹ ਸੀਰੀਅਸ ਕੁਐਸਚਨ ਪਰ ਇਟ ਇਜ਼ ਅੰਡਰ ਦਾ ਡਾਇਰੈਕਟ ਕੰਟਰੋਲ ਆਫ ਦਿੱਲੀ ਗਵਰਨਮੈਂਟ ਮੈਂ ਉਹ ਪ੍ਰੋਸੈਸ ਜੋ ਨੰਗਿਆ ਜੇ ਮੇਰੀ ਰਿਲੀਜ਼ ਹੋਈ ਸੀ ਕਮਿਊਟ ਹੋਇਆ ਸੀ ਉਹ ਵੀ ਦਿੱਲੀ ਚੀਫ ਮਿਨਿਸਟਰ ਸ਼ੀਲਾ ਅਧਿਖਸ਼ਤ ਦੇ ਰਹੀ ਹੋਇਆ ਸੀ